ਪ੍ਰੋਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਅਮਿਤ ਕੁਮਾਰ ਸਵੇਰ ਦੀ ਵੱਡੀ ਖਬਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਮੁਰ ਤੋਂ ਵਿਦੇਸ਼ ਦੇ ਲਈ ਰਵਾਨਾ ਹੋਏ ਨੇ ਮੁਰ ਤੋਂ ਯੂਕੇ ਬ੍ਰਿਟੇਨ ਦੀ ਧਰਤੀ ਲਈ ਰਵਾਨਾ ਹੋਏ ਨੇ ਵੱਡੀ ਖਬਰ ਇਹ ਇਸ ਵੇਲੇ ਦੀ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਿੱਲੀ ਜੋ ਆਇਰਪੋਰਟ ਤੇ ਪਹੁੰਚੇ ਤੇ ਉੱਥੋਂ ਜੋ ਹੈ ਵਿਦੇਸ਼ ਦੇ ਲਈ ਰਵਾਨਾ ਹੋਏ ਨੇ ਸਖਤ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਹਵਾਈ ਅੱਡੇ ਤੇ ਪਹੁੰਚਾਇਆ ਗਿਆ ਤੇ ਵਿਦੇਸ਼ ਦੇ ਲਈ ਇੱਥੋਂ ਉਹ ਗਏ ਨੇ ਯੂਕੇ ਦੇ ਵਿੱਚ ਗਏ ਨੇ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਯੂਕੇ ਦੇ ਲਈ ਰਵਾਨਾ ਹੋਏ ਸੀ ਉਦੋਂ ਬਲਕੌਰ ਸਿੰਘ ਸਿੱਧੂ ਤੇ ਨਾਲ ਉਹਨਾਂ ਦੀ ਪਤਨੀ ਯਾਨੀ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਵੀ ਮੌਜੂਦ ਸੀ ਪਰ ਇਸ ਵਾਰ ਬਲਕੌਰ ਸਿੰਘ ਸਿੱਧੂ ਇਕੱਲੇ ਯੂਕੇ ਦੇ ਵਿੱਚ ਰਵਾਨਾ ਹੋਏ ਨੇ ਪਿੱਛੇ ਜੋ ਹੈ ਉਹਨਾਂ ਦੇ ਪਤਨੀ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਜੋ ਚਰਨਕੌਰ ਨੇ ਉਹ ਹਵੇਲੀ ਦੇ ਵਿੱਚ ਇਕੱਲੇ ਨੇ ਤੇ ਇਹ ਸਭ ਨੂੰ ਲੈ ਕੇ ਵੀ ਕਿਤਨਾ ਕਿਤੇ ਹੁਣ ਇਹ ਦੇਖਿਆ ਜਾ ਸਕਦਾ ਹੈ ਕਿ ਕੱਲ ਜੋ ਬੀਤੇ ਦਿਨ ਸੁਰੱਖਿਆ ਵਧਾਈ ਗਈ ਸੀ ਪੰਜਾਬ ਪੁਲਿਸ ਦੇ ਵੱਲੋਂ 150 ਮੁਲਾਜ਼ਮ ਕੋਠੇ ਤੇ ਵਾਰ ਤਾਇਨਾਤ ਕੀਤਾ ਗਿਆ ਸੀ ਤਾਂ ਇਸ ਨੂੰ ਸਕਿਉਰਿਟੀ ਪਰਪਸ ਦੇ ਵਜੋਂ ਜ਼ਰੂਰ ਦੇਖਿਆ ਹੋਵੇਗਾ ਜਿੱਥੇ ਇੱਕ ਦਿਨ ਪਹਿਲਾਂ ਕੱਲ ਨੂੰ ਸਿਕਿਉਰਿਟੀ ਵਿਧਾਈ ਜਾਂਦੀ ਹੈ ਤੇ ਉੱਥੇ ਹੀ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਯੂਕੇ ਦੇ ਲਈ ਰਵਾਨਾ ਹੋ ਰਹੇ ਨੇ ਇੱਕ ਵਾਰ ਫਿਰ ਤੋਂ ਆਪਣੀ ਟੀਮ ਦੇ ਨਾਲ ਯੂਕੇ ਦੇ ਲਈ ਰਵਾਨਾ ਹੋਏ ਨੇ ਪਰ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਚਰਨਜੀਤ ਕੌਰ ਪਿੱਛੇ ਹਵੇਲੀ ਦੇ ਵਿੱਚ ਹੀ ਨੇ ਯਾਨੀ ਕਿ ਮੂਸਾ ਪਿੰਡ ਦੇ ਵਿੱਚ ਹੀ ਨੇ ਤੇ ਜੋ ਐਤਵਾਰ ਨੂੰ ਰੋਜ਼ ਜੋ ਸਿੱਧੂ ਦੇ ਮਾਪੇ ਉੱਥੇ ਸਿੱਧੂ ਦੇ ਫੈਨਸ ਨੂੰ ਸਿੱਧੂ ਚੋਣ ਵਾਲਿਆਂ ਨੂੰ ਸੰਬੋਧਨ ਹੁੰਦੇ ਨੇ ਤਾਂ ਉਹ ਸ਼ਾਇਦ ਕੱਲ ਨੂੰ ਨਾ ਹੋਵੇ ਕੱਲ ਨੂੰ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾ ਬੋਲਣ ਨਾ ਸ਼ਾਇਦ ਚਰਨਕੌਰ ਬੋਲਣ ਕਿਉਂਕਿ ਬਾਹਰ ਵਿਦੇਸ਼ ਯਾਤਰਾ ਤੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਕੀ ਕਾਰਨ ਨੇ ਕਿਹੜੀਆਂ ਗੱਲਾਂ ਨੇ ਜਿਸ ਕਰਕੇ ਵਿਦੇਸ਼ ਯਾਤਰਾ ਦੇ ਵਿੱਚ ਗਏ ਨੇ ਕਿਉਂਕਿ ਪਿਛਲੀ ਵਾਰ ਤਾਂ ਇਨਸਾਫ ਦੇ ਲਈ ਗਏ ਸੀ ਉੱਥੇ ਜਾ ਕੇ ਮਿਲੇ ਮੁਲਾਕਾਤ ਕੀਤੀ ਕਈ ਜੋ ਉੱਥੋਂ ਦੇ ਨੁਮਾਇंदे ਸੀ ਸਰਕਾਰ ਦੇ ਭਾਵੇਂ ਤਰਮਨਜੀਤ ਸਿੰਘ ਢੀਸੀ ਕਿਉਂ ਨਾ ਹੋਣ ਭਾਵੇਂ ਔਰ ਹਾਊਸ ਦੇ ਮੈਂਬਰ ਕਿਉੜਾ ਹੋਣਾ ਨਾਲ ਮੁਲਾਕਾਤ ਕੀਤੀ ਸੀ ਤੇ ਕਿਹਾ ਸੀ ਕਿ ਡਿਪਲੋਮੈਟਿਕ ਤੌਰ ਤੇ ਵੀ ਤੇ ਸਿਆਸੀ ਤੌਰ ਤੇ ਵੀ ਸਰਕਾਰ ਤੇ ਭਾਰਤ ਸਰਕਾਰ ਤੇ ਦਬਾਅ ਬਣਾਇਆ ਜਾਵੇ ਤਾਂ ਜੋ ਜੋ ਗੈਂਗਸਟਰ ਖੁੱਲੇ ਤਰੇ ਫਿਰਦੇ ਨੇ ਵਿਦੇਸ਼ਾਂ ਦੇ ਵਿੱਚ ਭਾਵੇਂ ਉਹ ਗੋਲਡੀ ਬਰਾੜ ਹੋਵੇ ਉਹਨਾਂ ਨੂੰ ਵਿਦੇਸ਼ ਤੋਂ ਵਾਪਸ ਦੇਸ਼ ਦੇ ਵਿੱਚ ਲਿਆਂਦਾ ਜਾਵੇ ਇਹਨਾਂ ਨੂੰ ਜੋ ਸਖਤ ਸਜ਼ਾ ਦੇ ਦਿੱਤੀ ਜਾਣੇ ਚਾਹੀਦੀ ਆ ਜੋ ਇੰਨਾ ਤਕੜਾ ਕਤਲ ਕਰਵਾਇਆ ਗਿਆ ਉਹਨਾਂ ਦੇ ਪੁੱਤਰ ਦਾ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਦੱਸਿਆ ਜਾਂਦਾ ਹੈ ਸਾਰੇ ਕਤਲਕਾਰ ਦੇ ਵਿੱਚ ਤੇ ਲਗਾਤਾਰ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਉਦੋਂ ਵੀ ਕਿਹਾ ਸੀ ਕਿ ਵਿਦੇਸ਼ ਦੇ ਵਿੱਚ ਅਸੀਂ ਜਾਂਦੇ ਰਵਾਂਗੇ ਸਿਰਫ ਯੂਕੇ ਨਹੀਂ ਜਾਵਾਂਗੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਜਾਵਾਂਗੇ ਜਿੱਥੇ ਸਰਕਾਰ ਤੇ ਡਿਪਲੋਮੈਟਿਕਲੀ ਵੀ ਦਬਾਅ ਵਧੇ ਰਾਜਨੀਤਿਕ ਤੌਰ ਤੇ ਵੀ ਦਬਾਅ ਵਧੇ ਕਿਉਂਕਿ ਇੱਕ ਇੰਨੇ ਵੱਡੇ ਸਿੰਗਰ ਦਾ ਤੁਰ ਜਾਣਾ ਕਿਸੇ ਦੇਸ਼ ਦੇ ਲਈ ਜਰੂਰ ਇੱਕ ਸ਼ਰਮਨਾਕ ਗੱਲ ਵੀ ਹੈ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਉਸ ਦਾ ਮਰਡਰ ਹੋ ਜਾਂਦਾ ਦਿਨ ਦਿਹਾੜੇ ਮਰਡਰ ਹੋ ਜਾਂਦਾ ਉਸ ਦਾ ਤੇ ਇਹ ਸਭ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮਾਪੇ ਜੋ ਨੇ ਇਨਸਾਫ ਦਾ ਝੰਡਾ ਚੱਕ ਕੇ ਲਗਾਤਾਰ ਲੜ ਰਹੇ ਨੇ ਲੋਕਾਂ ਦਾ ਪਿਆਰ ਵੀ ਉਹਨਾਂ ਨੂੰ ਮਿਲ ਰਿਹਾ ਹੈ ਲੋਕ ਹਰੇਕ ਐਤਵਾਰ ਉਹਨਾਂ ਨੂੰ ਸੁਣਨ ਵੀ ਆਉਂਦੇ ਨੇ ਤੇ ਸੋਸ਼ਲ ਮੀਡੀਆ ਤੇ ਵੀ ਲੋਕ ਉਸੇ ਤਰ੍ਹਾਂ ਪਿਆਰ ਦੇ ਰਹੇ ਨੇ ਉਸੇ ਤਰ੍ਹਾਂ ਸਾਥ ਦੇ ਰਹੇ ਨੇ ਜਿਸ ਤਰ੍ਹਾਂ ਸੰਘਰਸ਼ ਦੇ ਵਿੱਚ ਸਿੱਧੂ ਨੇ ਮਾਪੇ ਇਕੱਲੇ ਨਹੀਂ ਨੇ ਨਾਲ ਪੋਵਿਨੇ ਤੇ ਹੁਣ ਇਹ ਸਬਦੇ ਦਰਮਿਆਨ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੇ ਵੀਅਰ ਸਾਡੇ ਨਾਲ ਹੁਣ ਜੁੜੇ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਸਿੱਧੂ ਯੂਕੇ ਦੇ ਲਈ ਰਵਾਨਾ ਹੋਏ ਨੇ ਇਕੱਲੇ ਰਵਾਨਾ ਹੋਏ ਨੇ ਪਿੱਛੇ ਹਵੇਲੀ ਦੇ ਵਿੱਚ ਮਾਤਾ ਚਰਨ ਕੌਰ ਨੇ ਪਰ ਪਿਛਲੀ ਵਾਰ ਤਾਂ ਇਕੱਠੇ ਗਏ ਸੀ ਪਰ ਇਸ ਵਾਰ ਇਕੱਲੇ ਬਲਕੌਰ ਸਿੰਘ ਸਿੱਧੂ ਆਪਣੀ ਟੀਮ ਦੇ ਨਾਲ ਰਵਾਨਾ ਹੋਏ ਨੇ ਭਾਰੀ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਹਵਾਈ ਅੱਡੇ ਤੇ ਪਹੁੰਚਾਇਆ ਗਿਆ ਹਵਾਈ ਅੱਡੇ ਤੇ ਛੱਡ ਕੇ ਡ੍ਰੌਪ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਆਪਣੀ ਫਲਾਈਟ ਲੈ ਕੇ ਬ੍ਰਿਟੇਨ ਦੀ ਧਰਤੀ ਪਹੁੰਚਣਗੇ ਯੂਕੇ ਪਹੁੰਚਣਗੇ ਤੇ ਉੱਥੇ ਜਾ ਕੇ ਜੋ ਵੀ ਉਹਨਾਂ ਦੇ ਰੁਝਾਨ ਨੇ ਕੰਮ ਨੇ ਉਹ ਕੀਤੇ ਜਾਣਗੇ ਦੇਖਣਾ ਹੋਏਗਾ ਕਿ ਕੀ ਜੋ ਪਿਛਲੀ ਵਾਰ ਬੁਲਾਕਾਤ ਹੋਈ ਸੀ ਤਨਵਜੀਤ ਸਿੰਘ ਢੇਸੀ ਹਰਾ ਦੇ ਨਾਲ ਕੀ ਉਸ ਰਾਜਨੀਤਿਕ ਸਬੰਧ ਦੇ ਵਿੱਚ ਕੋਈ ਅ ਅਪਡੇਟ ਆਈ ਹੈ ਜਾਂ ਕੋਈ ਸਹਿਯੋਗ ਮਿਲ ਸਕਦਾ ਐਮਬੈਸੀ ਦੇ ਵੱਲੋਂ ਕਿਸ ਤਰ੍ਹਾਂ ਦਾ ਇਹ ਰੈਣ ਵਾਲਾ ਟੂਰ ਕਿਉਂਕਿ ਉਹਦੇ ਦਿਨਾਂ ਦੇ ਵਿੱਚ ਹੋਰ ਪਿਕਚਰ ਜੋ ਹੈ ਸਾਫ ਹੁੰਦੀ ਰਹੇਗੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਰਹੇਗੀ ਫਲਾਹ ਹਾਲ ਬਲਕੌਰ ਸਿੰਘ ਸਿੱਧੂ ਵਿਦੇਸ਼ ਦੇ ਲਈ ਰਵਾਨਾ ਹੋ ਚੁੱਕੇ ਨੇ ਤੇ ਆਉਂਦੇ ਐਤਵਾਰ ਨੂੰ ਇਹ ਸਵਾਲ ਸ਼ਾਇਦ ਕੋਈ ਸਿੱਧੂ ਦੇ ਫੈਨਸ ਲਈ ਸੰਦੇਸ਼ ਨਾ ਹੋਵੇ ਬਾਕੀ ਹੋਰ ਤਾਜ਼ਾ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪੰਜਾਬ ਟੀਵੀ ਫਿਰ ਮਿਲਾਂਗੇ